ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਪਿੰਡ ਦੰਦੂਵਾਲ ਪਾਸਲਾ ਦੀ ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਨਗਰ ਨਿਵਾਸੀਆਂ ਵੱਲੋਂ ਲੋਹੀਆਂ ਖਾਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਚਾਰੇ ਅਤੇ ਤੂੜੀ ਦੀ ਸੇਵਾ ਕੀਤੀ ਗਈ ਅਤੇ ਪਿੰਡ ਕੋਠੀ ਦੀ ਸੰਗਤ ਨੇ ਵੀ ਚਾਰੇ ਦੀ ਸੇਵਾ ਕੀਤੀ। ਇਸ ਮੌਕੇ ਸੋਢੀ ਸਿੰਘ, ਰਘੁਵੀਰ ਸਿੰਘ ਸੰਘਾ, ਨਵਤੇਜ ਸਿੰਘ, ਅਮੀਰ ਸਿੰਘ, ਤਜਿੰਦਰ ਸਿੰਘ, ਜੀਤਾ ਦੰਦੂਵਾਲ, ਹਰਪ੍ਰੀਤ ਸਿੰਘ, ਜੱਸਾ ਸ਼ੇਰਾ, ਬਿੱਲਾ, ਕੁਲਦੀਪ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਤੇਜ ਸਿੰਘ, ਪਿੰਡ ਦੰਦੂਵਾਲ। ਅੱਜ ਅਸੀਂ ਇੱਥੇ ਪੱਠਿਆਂ ਦੀ ਸੇਵਾ ਕਰਦੇ ਹਾਂ। ਲੋਹੀਆਂ ਦੇ ਨੇੜਲੇ ਪਿੰਡ ਕੋਠੇ, ਉੱਥੋਂ ਵੀ ਸੰਗਤ ਆਈ ਹੈ, ਪਿੰਡ ਦੰਦੂਵਾਲ ਅਤੇ ਪਿੰਡ ਪਾਸਲਾ ਅਤੇ ਪੱਠਿਆਂ ਦੀ ਸੇਵਾ ਕਰ ਰਿਹਾ ਹੈ। ਅਸੀਂ ਅਪੀਲ ਕਰਦੇ ਹਾਂ ਸਾਰੇ ਪੰਜਾਬ ਦੀ ਸੰਗਤ ਨੂੰ, ਵੱਧ ਚੜ੍ਹ ਕੇ ਜਿਹੜੀ ਵੀ ਸੇਵਾ ਕਰ ਸਕਦੇ ਹਾਂ ਕੀਤੀ ਜਾਵੇ ਹੜ੍ਹ ਪੀੜਤਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।